ਆਪਣੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰਿਆ ਕਰੋ ਜੀ, ਵੀਡੀਓ ਨੂੰ ਲਾਈਕ ਕਰਿਆ ਕਰੋ। ਸੋ ਆਪਣੇ ਚੈਨਲ ਦਾ ਹੈਲਪਲਾਈਨ ਨੰਬਰ ਨੋਟ ਕਰ ਲਓ ਜੀ, 88 470 48 496। ਜੇ ਕਿਸੇ ਵੀਰ ਨੇ ਆਪਣੇ ਇਸ ਚੈਨਲ 'ਤੇ ਕੋਈ ਕਿਸੇ ਸਾਧਨ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ 'ਤੇ ਭੇਜ ਦਿਓ ਜੀ, ਅਸੀਂ ਤੁਹਾਡੀ ਐਡ ਆਪਣੇ ਇਸ ਚੈਨਲ 'ਤੇ ਕਰ ਦੇਵਾਂਗੇ ਜੀ। ਐਡ ਲਵਾਉਣ ਦਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਆਪਣੇ ਚੈਨਲ 'ਤੇ ਜੀ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ। ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ, ਇਹ ਮਕਾਨ ਵਿਕਾਊ ਹੈ। 13 ਲੱਖ ਰੁਪਈਆ ਮਾਲਕ ਵੀਰ ਵੱਲੋਂ ਇਸ ਮਕਾਨ ਦੀ ਡਿਮਾਂਡ ਰੱਖੀ ਗਈ ਹੈ ਜੀ। 2 ਕਮਰੇ ਨੇ, ਲੈਂਟਰ ਲੱਗਿਆ ਹੋਇਆ ਜੀ। 20 ਮਰਲਿਆਂ ਦੇ ਵਿੱਚ ਮਕਾਨ ਹੈ ਇਹ। ਏਰੀਆ ਵੀਰ ਦਾ ਜੀ ਮੋਗਾ, ਮੋਗਾ ਏਰੀਆ ਦੇ ਵਿੱਚ ਜੀ। ਪਿੰਡ ਹੈ ਵੀਰ ਦਾ ਆਲਮਾਲਾ, ਬਾਘਾ ਪੁਰਾਣੇ ਕੋਲ ਪਿੰਡ ਹੈ ਜੀ ਇਹ ਆਲਮਾਲਾ, ਉੱਥੇ ਇਹ ਮਕਾਨ ਵਿਕਾਊ ਹੈ ਜੀ। 20 ਮਰਲੇ ਜਗ੍ਹਾ ਸਾਰੀ, ਲੈਂਟਰ ਲੱਗਿਆ ਹੋਇਆ ਜੀ, ਫਰਸ਼ ਵਗੈਰਾ ਸਾਰਾ ਕੁਛ, ਪੱਥਰ ਸਾਰਾ ਕੁਛ ਓਕੇ ਹੈ। 13 ਲੱਖ ਰੁਪਈਆ ਵੀਰ ਵੱਲੋਂ ਇਸ ਮਕਾਨ ਦੀ ਡਿਮਾਂਡ ਰੱਖੀ ਗਈ ਹੈ ਜੀ। 80 547 83 558 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਮਕਾਨ ਖਰੀਦਣਾ ਹੋਵੇ, ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਜੀ। ਸੋ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜੀ, ਵੀਡੀਓ ਨੂੰ ਲਾਈਕ ਕਰਿਆ ਕਰੋ। ਬਾਕੀ ਮਕਾਨ ਦੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ ਜੀ, ਵਧੀਆ ਮਕਾਨ ਨਵਾਂ ਪਾਇਆ ਹੋਇਆ ਜੀ। 2 ਕਮਰੇ ਨੇ ਜੀ, 20 ਮਰਲੇ ਸਾਰੀ ਜਗ੍ਹਾ ਜੀ। ਜੇ ਕਿਸੇ ਵੀਰ ਨੇ ਖਰੀਦਣਾ ਹੋਵੇ, ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਮੋਗਾ ਏਰੀਆ ਵੀਰ ਦਾ, ਪਿੰਡ ਹੈ ਜੀ ਆਲਮਾਲਾ। 13 ਲੱਖ ਰੁਪਈਆ ਮਾਲਕ ਵੀਰ ਵੱਲੋਂ ਇਸ ਮਕਾਨ ਦੀ ਡਿਮਾਂਡ ਰੱਖੀ ਗਈ ਹੈ ਜੀ। ਸੋ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ, ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਜੀ। ਅੱਗੇ ਆਪਣੇ ਕੋਲ ਸੇਲੀ ਮਹਿੰਦਰਾ 575 DI ਟਰੈਕਟਰ, 2008 ਮਾਡਲ ਟਰੈਕਟਰ ਹੈ ਜੀ ਇਹ, ਪੰਜਾਬ ਨੰਬਰ ਟਰੈਕਟਰ ਹੈ। ਟਰੈਕਟਰ ਦਾ ਰੰਗ ਪੇਂਟ ਸਾਰਾ ਨਾਲ ਦਾ ਜੀ, ਆਲ ਓਰਿਜਨਲ ਟਰੈਕਟਰ ਹੈ। ਇੰਜਣ, ਗੇਅਰ, ਲਿਫਟ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਜੀ। 3,25,000 ਰੁਪਈਆ ਮਾਲਕ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਜੀ। ਏਰੀਆ ਵੀਰ ਦਾ ਗੁਰਦਾਸਪੁਰ, 98 151 50 209 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ, ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ, ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਜੀ। ਬਾਕੀ ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ ਜੀ। ਟਰੈਕਟਰ ਦੀ ਕੰਡੀਸ਼ਨ ਤੁਸੀਂ ਬਾਕੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ। ਸੋ ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ, ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਜੀ। ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰਿਆ ਕਰੋ ਜੀ, ਵੀਡੀਓ ਨੂੰ ਲਾਈਕ ਕਰਿਆ ਕਰੋ। 2008 ਮਾਡਲ ਟਰੈਕਟਰ ਹੈ ਜੀ ਇਹ, 3,25,000 ਰੁਪਈਆ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ। ਗੁਰਦਾਸਪੁਰ ਵੀਰ ਦਾ ਏਰੀਆ, 98 151 50 209 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ, ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਜੀ। ਅੱਗੇ ਆਪਣੇ ਕੋਲ ਸੇਲੀ ਜੀ ਮਹਿੰਦਰਾ 475 DI ਟਰੈਕਟਰ, 2006 ਮਾਡਲ ਟਰੈਕਟਰ ਹੈ ਜੀ, ਸਰਪੰਚ ਵਾਲੀ ਸ਼ੋਅ 'ਚ ਹੈ। 2,35,000 ਰੁਪਈਆ ਮਾਲਕ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਜੀ। ਪੰਜਾਬ ਨੰਬਰ ਟਰੈਕਟਰ ਹੈ। ਏਰੀਆ ਵੀਰ ਦਾ ਜੀ ਤਰਨ ਤਾਰਨ, ਅੱਧੇ ਟਾਇਰ ਨੇ ਟਰੈਕਟਰ ਦੇ ਜੀ। ਇੰਜਣ, ਗੇਅਰ, ਲਿਫਟ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ, ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਪੰਜਾਬ ਨੰਬਰ ਟਰੈਕਟਰ ਹੈ ਜੀ।
2006 ਮਾਡਲ ਟਰੈਕਟਰ ਹੈ ਜੀ। 2,35,000 ਰੁਪਇਆ ਵੀਰ ਵੱਲੋਂ ਡਿਮਾਂਡ ਹੈ ਇਸ ਟਰੈਕਟਰ ਦੀ। ਤਰਨ ਤਾਰਨ ਵੀਰ ਦਾ ਏਰੀਆ 99147-26917 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਜੀ। ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ। 2006 ਮਾਡਲ ਟਰੈਕਟਰ ਹੈ ਜੀ। 2,35,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਟਰੈਕਟਰ ਦੀ ਜੀ। ਅੱਧੇ ਟਾਇਰ ਨੇ, ਪੰਜਾਬ ਨੰਬਰ ਟਰੈਕਟਰ ਹੈ ਜੀ। ਤਰਨ ਤਾਰਨ ਏਰੀਆ ਵੀਰ ਦਾ ਜੀ, ਉੱਥੇ ਇਹ ਟਰੈਕਟਰ ਖੜ੍ਹਾ ਹੈ। 99147-26917 ਮਾਲਕ ਵੀਰ ਦਾ ਨੰਬਰ ਹੈ ਜੀ। ਅੱਗੇ ਆਪਣੇ ਕੋਲ ਸੇਲ ਲਈ ਜੀ ਫਾਈਬਰ ਛਤਰੀ ਮਹਿੰਦਰਾ ਅਰਜਨ 'ਤੇ ਲੱਗੀ ਹੋਈ ਹੈ ਜੀ। ਛਤਰੀ ਦੀ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ, ਫਾਈਬਰ ਛਤਰੀ ਹੈ, ਨਾਲ ਮਿਊਜ਼ਿਕ ਸਿਸਟਮ ਹੈ ਜੀ। 25,000 ਰੁਪਇਆ ਵੀਰ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ। ਬਾਕੀ ਫੋਟੋਆਂ ਤੁਸੀਂ ਛਤਰੀ ਦੀਆਂ ਦੇਖ ਰਹੇ ਹੋ ਜੀ, ਫਾਈਬਰ ਛਤਰੀ ਅਤੇ ਮਿਊਜ਼ਿਕ ਸਿਸਟਮ ਬਿਕਾਊ ਹੈ ਜੀ। 25,000 ਰੁਪਇਆ ਵੀਰ ਵੱਲੋਂ ਡਿਮਾਂਡ ਹੈ ਇਸ ਦੀ। ਏਰੀਆ ਵੀਰ ਦਾ ਫਤਿਹਾਬਾਦ। 94-667-33-398 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਫਾਈਬਰ ਛਤਨੀ ਖਰੀਦਣੀ ਹੋਵੇ ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ। ਸੋ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਵੀਡੀਓ ਚੰਗੀ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ, ਵੀਡੀਓ ਨੂੰ ਲਾਈਕ ਕਰਿਆ ਕਰੋ। ਜੇਕਰ ਤੁਸੀਂ ਵੀ ਆਪਣੇ ਚੈਨਲ 'ਤੇ ਇਸ ਤਰ੍ਹਾਂ ਕੋਈ ਕਿਸੇ ਸਾਧਨ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ 'ਤੇ ਭੇਜ ਦਿਓ ਜੀ। ਸਾਡਾ ਵਟਸਐਪ ਨੰਬਰ ਹੈ ਜੀ 88-470-48-496। ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ, ਸਵਰਾਜ 735 FE ਟਰੈਕਟਰ, 2001 ਮਾਡਲ ਟਰੈਕਟਰ ਹੈ ਜੀ ਇਹ। 1,80,000 ਰੁਪਇਆ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਜੀ। ਏਰੀਆ ਵੀਰ ਦਾ ਸਰਦੂਲਗੜ੍ਹ, ਸਰਦੂਲਗੜ੍ਹ ਏਰੀਆ ਵੀਰ ਦਾ ਜੀ। 62-806-28-294 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਹਰਿਆਣਾ ਨੰਬਰ ਟਰੈਕਟਰ ਹੈ ਜੀ। 70-75 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ। ਇੰਜਣ ਗੇਅਰ ਲਿਫਟ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਜੀ। ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਨੂੰ। ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਜੀ। 2001 ਮਾਡਲ ਟਰੈਕਟਰ ਹੈ। 1,80,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਟਰੈਕਟਰ ਦੀ ਜੀ। ਸਰਦੂਲਗੜ੍ਹ ਵੀਰ ਦਾ ਏਰੀਆ। ਹਰਿਆਣਾ ਨੰਬਰ ਟਰੈਕਟਰ ਹੈ ਜੀ। 62-806-28-294 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਵੀਡੀਓ ਸੰਬੰਧੀ ਕੋਈ ਸੁਝਾਅ ਦੇਣਾ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ। ਆਪਣੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ। ਅੱਗੇ ਆਪਣੇ ਕੋਲ ਸੇਲ ਲਈ ਜੌਨ ਡੀਅਰ 52-04, 2010 ਮਾਡਲ ਟਰੈਕਟਰ ਹੈ ਜੀ ਇਹ। ਇੰਜਣ ਗੇਅਰ ਲਿਫਟ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ। 80 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ। 4,20,000 ਰੁਪਇਆ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ। ਏਰੀਆ ਵੀਰ ਦਾ ਜੀ ਡੱਬ ਵਾਲੀ ਮੰਡੀ। 94-161-61313 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਵੀਡੀਓ ਦੇ ਅੰਤ ਵਿੱਚ ਫਿਰ ਬੇਨਤੀ ਹੈ ਜੀ, ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਅਸੀਂ ਹਰ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਵੀਡੀਓ ਚੰਗੀ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਕਰਿਆ ਕਰੋ। ਆਪਣੇ ਚੈਨਲ ਨੂੰ ਇਸੇ ਤਰ੍ਹਾਂ ਹੀ ਸ਼ੇਅਰ ਅਤੇ ਸਪੋਰਟ ਕਰਦੇ ਰਹੋ ਜੀ। ਵੀਡੀਓ ਦੇਖਣ ਦੇ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।